इंजेक्शन नूं हमेशा कमर जां बांह दे उपर ही क्यों लगाया जांदा है? एक अजिही बच्ची जिस दे अंदर खून ही नहीं है, कि तुसी एक अजिहे राजे बारे जानदे हो जिसने सिर्फ 15 मिंट राज कीता सी? कि प्लास्टिक सर्जरी दे विच प्लास्टिक नूं यूज कीता जांदा है? अजिही रोचक तत्त जानने लई जुड़े रहो मेरे नाल। मैं तुहाडा होस्ट जसप्रीत सिंह, तुसी देख रहे हो जर्न टीवी। ਕੀ ਤੁਸੀਂ ਕਦੇ ਕਿਸੇ ਬੀਚ ਦੇ ਚੋਰੀ ਹੋਣ ਬਾਰੇ ਸੁਣਿਆ ਹੈ? ਅਫਰੀਕਾ ਦੇ ਜਨਮਾਇਕਾ ਦੇ ਵਿੱਚ 500 ਟਰੱਕ ਰੇਤੇ ਦੇ ਬੀਚ ਦੇ ਉੱਪਰੋਂ ਚੋਰੀ ਹੋ ਗਏ। ਇਹ ਰੇਤਾ ਇੰਨਾ ਜ਼ਿਆਦਾ ਸੀ ਜਿਸ ਦੇ ਨਾਲ ਇੱਕ ਪੂਰੇ ਦਾ ਪੂਰਾ ਬੀਚ ਬਣਾਇਆ ਜਾ ਸਕਦਾ ਹੈ। ਇਹ ਚੋਰੀ 2008 ਦੇ ਵਿੱਚ ਰਾਤੋ ਰਾਤ ਹੋਈ ਸੀ ਤੇ ਅੱਜ ਤੱਕ ਇਸ ਕੇਸ ਦੇ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ, ਕਿਉਂਕਿ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਚੋਰੀ ਕਿਸ ਨੇ ਕੀਤੀ ਹੈ ਤੇ ਚੋਰੀ ਕੀਤਾ ਹੋਇਆ ਰੇਤਾ ਕਿੱਥੇ ਗਿਆ। ਜੇਕਰ ਅਸੀਂ ਕਿਸੇ ਨੂੰ ਵੀ ਪੁੱਛੀਏ ਕਿ ਅਸਮਾਨ ਦੇ ਵਿੱਚ ਤਾਰੇ ਜ਼ਿਆਦਾ ਨੇ ਜਾਂ ਧਰਤੀ ਦੇ ਉੱਪਰ ਦਰਖਤ ਜ਼ਿਆਦਾ ਨੇ, ਤਾਂ ਸਾਡੇ ਸਾਰਿਆਂ ਦਾ ਤਕਰੀਬਨ ਜਵਾਬ ਸੇਮ ਹੀ ਹੋਵੇਗਾ ਕਿ ਅਸਮਾਨ ਦੇ ਵਿੱਚ ਤਾਰੇ ਜ਼ਿਆਦਾ ਹਨ, ਪਰ ਮਿਲਕੀ ਵੇ ਗਲੈਕਸੀ ਦੇ ਵਿੱਚ ਉਨੇ ਤਾਰੇ ਨਹੀਂ ਜਿੰਨੇ ਧਰਤੀ ਦੇ ਉੱਪਰ ਦਰਖਤ ਨੇ। ਕੀ ਤੁਸੀਂ ਆਪਣੇ ਸਿਰ ਨੂੰ ਉਲਟਾ ਕਰਕੇ ਖਾਣਾ ਖਾ ਸਕਦੇ ਹੋ? ਜੇਕਰ ਨਹੀਂ ਤਾਂ ਫਿਕਰ ਨਾ ਕਰੋ, ਕਿਉਂਕਿ ਕੋਈ ਵੀ ਇਨਸਾਨ ਅਜਿਹਾ ਨਹੀਂ ਕਰ ਸਕਦਾ, ਪਰ ਫਲੀਗੋ ਪੰਛੀ ਇਸ ਕੰਮ ਦੇ ਵਿੱਚ ਮਾਹਰ ਹੈ। ਇਹ ਆਪਣੇ ਆਪ ਨੂੰ ਉਲਟਾ ਜਾਣੀ ਕਿ ਪੁੱਠਾ ਕਰਕੇ ਹੀ ਖਾਣਾ ਖਾ ਸਕਦੇ ਹਨ। ਇਹ ਮਹਾਤਮਾ ਗਾਂਧੀ ਦੀ ਚਮਕਦੀਆਂ ਅੱਖਾਂ ਵਾਲੀ ਫੋਟੋ ਸੈਨ ਫ੍ਰਾਂਸਿਸਕੋ ਯਾਨੀ ਕਿ ਅਮਰੀਕਾ ਦੀ ਹੈ। ਕਿਹਾ ਜਾਂਦਾ ਹੈ ਕਿ ਕਿਸੇ ਸ਼ਰਾਰਤੀ ਨੇ ਮਹਾਤਮਾ ਗਾਂਧੀ ਦੀ ਅੱਖਾਂ ਦੇ ਵਿੱਚ ਇਹ ਰਾਤ ਨੂੰ ਲਾਈਟਾਂ ਲਗਾ ਦਿੱਤੀਆਂ ਸਨ ਤੇ ਉਸਨੇ ਅਜਿਹਾ ਕਰਨ ਤੋਂ ਬਿਨਾਂ ਮੂਰਤੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ। ਪੂਰੀ ਦੁਨੀਆ ਦੇ ਵਿੱਚ ਜੋ ਸਭ ਤੋਂ ਵੱਧ ਫੇਮਸ ਆਖਰੀ ਨਾਮ ਹੈ ਉਹ ਵੈਂਗ ਹੈ, ਜਿਸ ਦਾ ਮਤਲਬ ਹੁੰਦਾ ਹੈ ਰਾਜਾ। ਚੀਨ ਦੇ ਵਿੱਚ 92% 8 ਲੋਕ ਆਪਣੇ ਨਾਮ ਦੇ ਪਿੱਛੇ ਲਾਸਟ ਦੇ ਵਿੱਚ ਵੈਂਗ ਨੂੰ ਲਗਾਉਂਦੇ ਨੇ। ਇਸ ਤੋਂ ਬਾਅਦ ਦੂਜੇ ਨੰਬਰ ਤੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ ਲੀ। ਜੇਕਰ ਤੁਸੀਂ ਆਪਣੇ ਸੁਪਨੇ ਨੂੰ ਜਾਰੀ ਰੱਖਣ ਦੇ ਲਈ ਜ਼ਬਰਦਸਤੀ ਸੌਂ ਰਹੇ ਹੋ ਤਾਂ ਇਹ ਤੁਹਾਡੀ ਬੋਡੀ ਨੂੰ ਪੈਰਾਲਾਈਜ਼ ਕਰ ਸਕਦਾ ਹੈ। ਅਜਿਹਾ ਬਹੁਤ ਸਾਰੇ ਲੋਕਾਂ ਦੇ ਨਾਲ ਹੋਇਆ ਹੈ ਤੇ ਜਿਨ੍ਹਾਂ ਲੋਕਾਂ ਦੇ ਨਾਲ ਇਹ ਹੋਇਆ ਹੈ ਉਹ ਲੋਕ ਦੱਸਦੇ ਹਨ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਐਕਸਪੀਰੀਅੰਸ ਸੀ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਆਪਣੀ ਇਹ ਆਦਤ ਨੂੰ ਛੱਡ ਦਿਓ, ਕਿਉਂਕਿ ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਵੱਡੇ ਵੱਡੇ ਹੈਲੀਕਾਪਟਰ ਦੇ ਚੌਪਰ ਨੂੰ ਇੱਕ ਦੇਸ਼ ਦੇ ਵਿੱਚ ਦੂਜੇ ਦੇਸ਼ ਦੇ ਵਿੱਚ ਕਿਵੇਂ ਲਿਆਇਆ ਜਾਂਦਾ ਹੈ? ਆਪਣੇ ਵਿੱਚੋਂ ਜ਼ਿਆਦਾਤਰ ਲੋਕ ਕਹਿਣਗੇ ਕਿ ਉਹਨਾਂ ਨੂੰ ਉਡਾ ਕੇ ਲਿਆਇਆ ਜਾਂਦਾ ਹੈ, ਪਰ ਜੇਕਰ ਦੂਰੀ ਜ਼ਿਆਦਾ ਹੋਵੇ, ਅਸਲ ਦੇ ਵਿੱਚ ਹੈਲੀਕਾਪਟਰ ਤੇ ਚੌਪਰ ਨੂੰ ਸਮੁੰਦਰ ਦੇ ਰਾਸਤੇ ਸ਼ਿਪ ਰਾਹੀਂ ਟਰਾਂਸਪੋਰਟ ਕੀਤਾ ਜਾਂਦਾ ਹੈ, ਉਹ ਵੀ ਇਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਰੈਪ ਜਾਨ ਕੇ ਕਵਰ ਕਰਕੇ ਇਹਨਾਂ ਨੂੰ ਰੈਪ ਇਸ ਕਰਕੇ ਕੀਤਾ ਜਾਂਦਾ ਹੈ ਕਿਉਂਕਿ ਸਮੁੰਦਰ ਦਾ ਖਾਰਾ ਪਾਣੀ ਹੈਲੀਕਾਪਟਰ ਦੇ ਇੰਸਟਰੂਮੈਂਟ ਨੂੰ ਖਰਾਬ ਕਰ ਸਕਦਾ ਹੈ। ਜਿੱਥੇ ਇਨਸਾਨਾਂ ਦੀ ਦੁਨੀਆ ਕੋਰੋਨਾ ਵਾਇਰਸ ਨੇ ਇੱਕ ਤਰ੍ਹਾਂ ਦੇ ਨਾਲ ਖਰਾਬ ਹੀ ਕਰ ਦਿੱਤੀ ਸੀ, ਉੱਥੇ ਹੀ ਜਾਨਵਰ ਆਪਣੀ ਦੁਨੀਆ ਦੇ ਵਿੱਚ ਬਿਨਾਂ ਕਿਸੇ ਰੋਕ ਟੋਕ ਦੇ ਖੁਸ਼ੀ ਦੇ ਨਾਲ ਜ਼ਿੰਦਗੀ ਜੀ ਰਹੇ ਨੇ। ਜਿਵੇਂ ਤੁਸੀਂ ਇਹ ਹਾਥੀਆਂ ਨੂੰ ਹੀ ਦੇਖ ਲਓ, ਇਹ 14 ਹਾਥੀਆਂ ਦਾ ਗਰੁੱਪ ਖਾਣੇ ਦੀ ਭਾਲ ਦੇ ਵਿੱਚ ਜੁਨਾਨ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਚਲਿਆ ਗਿਆ। ਉੱਥੇ ਉਹਨਾਂ ਨੂੰ ਖਾਣ ਲਈ ਤਾਂ ਕੁਝ ਨਹੀਂ ਮਿਲਿਆ, ਪਰ ਪੀਣ ਦੇ ਲਈ ਮਿਲ ਗਿਆ। ਇੱਥੇ ਕਈ ਲੀਟਰ ਘਰ ਦੀ ਕੱਢੀ ਹੋਈ ਸ਼ਰਾਬ ਪਈ ਸੀ ਜਿਹੜੀ ਕਿ ਸਾਰੇ ਹਾਥੀਆਂ ਨੇ ਪੀ ਲਈ। ਉਸ ਤੋਂ ਬਾਅਦ ਇਹ ਸਾਰੇ ਹਾਥੀਆਂ ਨੂੰ ਇੰਨਾ ਜ਼ਿਆਦਾ ਨਸ਼ਾ ਹੋ ਗਿਆ ਕਿ ਇਹ ਉਸ ਪਿੰਡ ਦੇ ਚਾਹ ਦੇ ਬਾਗਾਂ ਦੇ ਵਿੱਚ ਜਾ ਕੇ ਸੌਂ ਗਏ। ਤੁਸੀਂ ਇਹ ਫੋਟੋ ਨੂੰ ਦੇਖੋ ਕਿ ਤੁਸੀਂ ਵੀ ਇਸ ਨੂੰ ਕੰਕਰੀਟ ਸਮਝ ਲਿਆ ਹੈ, ਪਰ ਇਹ ਦਿੱਲੀ ਸ਼ਹਿਰ ਹੈ। ਜੇਕਰ ਤੁਸੀਂ ਇਸ ਨੂੰ ਥੋੜਾ ਜ਼ੂਮ ਕਰਕੇ ਦੇਖੋਗੇ ਤਾਂ ਪਤਾ ਲੱਗ ਜਾਏਗਾ, ਇਹ ਦਿੱਲੀ ਦਾ ਏਰੀਅਲ ਵਿਊ ਯਾਨੀ ਕਿ ਡਰੋਨ ਵਿਊ ਹੈ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਦਿੱਲੀ ਪੂਰੀ ਦੁਨੀਆ ਦੇ ਸਭ ਤੋਂ ਜ਼ਿਆਦਾ ਪੋਲਿਊਸ਼ਨ ਵਾਲੇ ਸ਼ਹਿਰਾਂ ਦੇ ਵਿੱਚ ਨੰਬਰ 14 ਤੇ ਆਉਂਦਾ ਹੈ। ਜੇਕਰ ਦਿੱਲੀ ਸ਼ਹਿਰ ਦਾ ਤੁਸੀਂ ਏਰੀਅਲ ਵਿਊ ਦੇਖੋਗੇ ਤਾਂ ਇਹ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਕੰਕਰੀਟ ਹੀ ਲੱਗੇਗਾ। ਤੁਸੀਂ ਫਿਲਮਾਂ ਦੇ ਵਿੱਚ ਜਾਸੂਸੀ ਕਰਨ ਦੇ ਕਈ ਤਰੀਕੇ ਦੇਖੇ ਹੋਣਗੇ, ਪਰ ਇਸ ਤਰੀਕੇ ਤੋਂ ਵਧੀਆ ਸ਼ਾਇਦ ਹੀ ਕੁਝ ਹੋ ਸਕਦਾ ਹੈ। 1990 ਦੇ ਵਿੱਚ ਅਮਰੀਕਾ ਦੀ CIA ਨੇ $20 ਖਰਚ ਕਰਕੇ ਇੱਕ ਬਿੱਲੀ ਨੂੰ ਆਪਣਾ ਜਾਸੂਸ ਬਣਾਇਆ। ਅਮਰੀਕਾ ਨੇ ਸੋਵੀਅਤ ਦੇ ਉੱਪਰ ਜਾਸੂਸੀ ਕਰਨ ਦੇ ਲਈ ਇੱਕ ਬਿੱਲੀ ਨੂੰ ਤਿਆਰ ਕੀਤਾ ਸੀ। ਇਸ ਬਿੱਲੀ ਦੀ ਕੁਝ ਸਮੇਂ ਬਾਅਦ ਟੈਕਸੀ ਦੇ ਥੱਲੇ ਆਉਣ ਨਾਲ ਮੌਤ ਹੋ ਗਈ ਸੀ। ਇਸ ਬਿੱਲੀ ਦਾ ਨਾਮ ਸੀ ਅਕਿਓਸੀ ਟੈਸੀ ਤੇ ਇਸ ਦਾ ਕੰਮ ਸੀ ਆਲੇ ਦੁਆਲੇ ਦੀ ਆਵਾਜ਼ਾਂ ਨੂੰ ਰਿਕਾਰਡ ਕਰਕੇ CIA ਨੂੰ ਦੇਣਾ। ਕੀ ਤੁਹਾਨੂੰ ਪਤਾ ਹੈ ਕਿ ਇਸ ਫੋਟੋ ਦੇ ਵਿੱਚ ਖਾਸ ਕੀ ਹੈ? ਇਹ ਚੰਦ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਕਲੀਅਰ ਯਾਨੀ ਕਿ ਸਾਫ਼ ਫੋਟੋ ਹੈ, ਜਿਸ ਨੂੰ ਲਗਭਗ 42,000 ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਬਣਾਇਆ ਗਿਆ ਹੈ। ਇਸ ਨੂੰ ਫ੍ਰੈਂਚ ਸਾਇੰਟਿਸਟ ਐਂਟੀਸਾਨ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਸ਼ੇਅਰ ਕੀਤਾ ਸੀ ਤੇ ਉਹਨਾਂ ਨੇ ਸ਼ੇਅਰ ਕਰਨ ਲੱਗੇ ਨਾਲ ਲਿਖਿਆ ਸੀ ਕਿ ਇਹ ਅੱਜ ਤੱਕ ਦੀ ਚੰਦ ਦੀ 3rd ਕੋਟਡ ਕਲੀਅਰ ਇਮੇਜ ਹੈ ਤੇ ਇਸ ਫੋਟੋ ਨੂੰ ਤਿਆਰ ਕਰਨ ਦੇ ਲਈ ਉਹਨਾਂ ਦਾ 74 GB ਡਾਟਾ ਲੱਗ ਗਿਆ ਸੀ। ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਖਤਰਨਾਕ ਹਾਥੀ ਕਿਹੜੇ ਹਨ? ਉਹ ਹਨ ਅਫਰੀਕਾ ਦੇ ਬੁਸ਼ ਐਲੀਫੈਂਟ। ਇਹ ਹਾਥੀ ਹਰ ਸਾਲ ਲਗਭਗ 500 ਇਨਸਾਨਾਂ ਦੀ ਮੌਤ ਦਾ ਕਾਰਨ ਬਣਦੇ ਨੇ। ਇਹੀ ਕਾਰਨ ਹੈ ਕਿ ਅੱਜ ਤੱਕ ਕੋਈ ਵੀ ਇਹਨਾਂ ਹਾਥੀਆਂ ਨੂੰ ਘਰੇਲੂ ਜਾਣ ਕੇ ਆਪਾਂ ਕਹੀਏ ਪਾਲਤੂ ਨਹੀਂ ਬਣਾ ਸਕਿਆ। ਪੂਰੀ ਦੁਨੀਆ ਦੇ ਵਿੱਚ ਸਿਰਫ ਇੰਡੀਅਨ ਹਾਥੀ ਅਜਿਹੇ ਹਨ ਜਿਨ੍ਹਾਂ ਨੂੰ ਇਨਸਾਨ ਟ੍ਰੇਨ ਕਰ ਸਕਦਾ ਹੈ। ਕਿੰਗ ਲੂਇਸ ਟੈਕਨੀਕਲੀ ਉਹ ਰਾਜਾ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਸਭ ਤੋਂ ਘੱਟ ਸਮੇਂ ਦੇ ਲਈ ਰਾਜ ਕੀਤਾ ਸੀ। ਉਹਨਾਂ ਨੇ ਫਰਾਂਸ ਦੇ ਉੱਪਰ ਸਿਰਫ 15 ਮਿੰਟ ਲਈ ਰਾਜ ਕੀਤਾ ਸੀ। ਇਹਨਾਂ ਦੇ ਪਿਤਾ ਨੇ 1830 ਦੇ ਵਿੱਚ ਜੂਨ ਰੈਵੋਲੂਸ਼ਨ ਦੇ ਦੌਰਾਨ ਇਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢ ਦਿੱਤਾ ਸੀ, ਜਿਸ ਕਾਰਨ ਉਸ ਸਮੇਂ ਉਹ 15 ਮਿੰਟ ਲਈ ਹੀ ਰਾਜਾ ਰਹਿ ਸਕੇ ਸਨ। ਪਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਨੇ 6 ਸਾਲ ਤੱਕ ਫਰਾਂਸ ਦੇ ਉੱਪਰ ਰਾਜ ਕੀਤਾ ਸੀ। ਇਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਕ ਫੋਰਨ ਕੰਟਰੀ ਦਾ ਡਿਜ਼ਾਈਨ ਨਹੀਂ ਬਲਕਿ ਭਾਰਤ ਦੀਆਂ ਕਲਾਕ੍ਰਿਤੀਆਂ ਹਨ।
ਇਹ ਹੈ ਜੀ ਦੁਨੀਆ ਦਾ ਉਹ ਸਭ ਤੋਂ ਪਹਿਲਾ ਘਰ ਜਿਸ ਨੂੰ ਇੱਟਾਂ ਪੱਥਰ ਅਤੇ ਰੇਤੇ ਨਾਲ ਨਹੀਂ ਬਲਕਿ 3D ਪ੍ਰਿੰਟਰ ਜਾਂ ਕਹੀਏ ਇੱਕ ਤਰ੍ਹਾਂ ਦੀ ਰੋਬੋਟਿਕ ਮਸ਼ੀਨ ਦੇ ਨਾਲ ਬਣਾਇਆ ਗਿਆ ਹੈ। ਇਹ ਘਰ ਇਨਸਾਨ ਦੇ ਰਹਿਣ ਲਈ ਬਿਲਕੁਲ ਸੇਫ ਹੈ ਤੇ ਈਕੋ ਫ੍ਰੈਂਡਲੀ ਵੀ ਹੈ। ਇਸ ਨੂੰ ਇੱਟ ਹੈਵਨ ਨੀਦਰਲੈਂਡ ਦੇ ਵਿੱਚ ਇੱਕ ਬਜ਼ੁਰਗ ਜੋੜੇ ਨੇ ਬਣਾਇਆ ਹੈ। ਇਸ ਘਰ ਨੂੰ ਦੂਰ ਤੋਂ ਦੇਖਣ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕੋਈ ਕਾਰਟੂਨ ਜਾਂ ਪੇਪਰ ਦਾ ਬਣਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਘਰ ਬਾਕੀ ਨਾਰਮਲ ਘਰਾਂ ਦੀ ਤਰ੍ਹਾਂ ਮਜ਼ਬੂਤ ਹੈ ਤੇ ਇਸ ਦੇ ਵਿੱਚ ਕੋਈ ਵੀ ਆਰਾਮ ਨਾਲ ਰਹਿ ਸਕਦਾ ਹੈ। ਤੁਸੀਂ ਕਈ ਥਾਵਾਂ ਤੇ ਇਹ ਚੀਜ਼ ਤਾਂ ਜ਼ਰੂਰ ਦੇਖੀ ਹੋਵੇਗੀ ਕਿ ਕੋਈ ਰੋਡ ਜੰਗਲ ਦੇ ਬਿਲਕੁਲ ਵਿਚਕਾਰ ਦੀ ਲੰਘ ਰਿਹਾ ਹੈ, ਪਰ ਕੀ ਤੁਸੀਂ ਕਦੇ ਕੋਈ ਅਜਿਹਾ ਰਸਤਾ ਦੇਖਿਆ ਹੈ ਜਿਸ ਦੇ ਵਿੱਚ ਦੀ ਜੰਗਲ ਸੜਕ ਦੇ ਵਿਚਕਾਰ ਦੀ ਜਾ ਰਿਹਾ ਹੋਵੇ? ਇਹ ਹੈ ਜੀ ਨੀਦਰਲੈਂਡ ਦਾ ਇੱਕ ਅਜਿਹਾ ਪੁਲ ਜਿਹੜਾ ਕਿ ਹਾਈਵੇ ਦੇ ਇੱਕ ਐਂਡ ਤੋਂ ਦੂਜੇ ਐਂਡ ਤੱਕ ਜੁੜਿਆ ਹੋਇਆ ਹੈ। ਇਸ ਦੀ ਮਦਦ ਦੇ ਨਾਲ ਜਾਨਵਰ ਬਿਲਕੁਲ ਆਰਾਮ ਦੇ ਨਾਲ ਸੜਕ ਪਾਰ ਕਰ ਸਕਦੇ ਹਨ। ਇਸ ਦੇ ਨਾਲ ਨਾ ਤਾਂ ਟ੍ਰੈਫਿਕ ਡਿਸਟਰਬ ਹੁੰਦੀ ਹੈ ਤੇ ਨਾ ਹੀ ਜਾਨਵਰ ਡਿਸਟਰਬ ਹੁੰਦੇ ਨੇ। ਇਹ ਇੱਕ ਉਦਾਹਰਨ ਹੈ ਕਿ ਕਿਵੇਂ ਇਨਸਾਨ ਤੇ ਜਾਨਵਰ ਬਿਨਾਂ ਇੱਕ ਦੂਜੇ ਨੂੰ ਡਿਸਟਰਬ ਕੀਤੇ ਇਕੱਠੇ ਚੱਲ ਸਕਦੇ ਹਨ। ਇਸ 4 ਸਾਲ ਦੀ ਲੜਕੀ ਦਾ ਨਾਮ ਹੈ ਮੈਸੀ ਬਿਗਨਸ। ਇਸ ਦੇ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ 6 ਹਫ਼ਤੇ ਪ੍ਰੀ ਮੈਚੋਰ ਹੈ, ਮਤਲਬ ਕਿ ਇਹ ਆਪਣੀ ਪ੍ਰੈਗਨੈਂਸੀ ਤੋਂ 6 ਹਫ਼ਤੇ ਪਹਿਲਾਂ ਹੀ ਇਸ ਦੁਨੀਆ ਦੇ ਵਿੱਚ ਆ ਗਈ ਸੀ। ਪਰ ਜਿਸ ਕੰਡੀਸ਼ਨ ਦੇ ਵਿੱਚ ਇਹ ਬੱਚੀ ਦਾ ਜਨਮ ਹੋਇਆ ਸੀ ਉਸ ਕੰਡੀਸ਼ਨ ਦੇ ਵਿੱਚ 80% ਬੱਚੇ ਮਰ ਜਾਂਦੇ ਹਨ। ਜਦੋਂ ਮੈਸੀ ਪੈਦਾ ਹੋਈ ਸੀ ਤਾਂ ਉਦੋਂ ਇਸ ਦੇ ਸਰੀਰ ਦੇ ਵਿੱਚ ਇੱਕ ਵੀ ਬੂੰਦ ਖੂਨ ਦੀ ਨਹੀਂ ਸੀ ਤੇ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਬੱਚੀ ਬਚੇਗੀ ਨਹੀਂ, ਪਰ ਜੇਕਰ ਇਹ ਬਚ ਵੀ ਜਾਂਦੀ ਹੈ ਤਾਂ ਇਸ ਦਾ ਦਿਮਾਗ ਡੈਮੇਜ ਹੋ ਜਾਵੇਗਾ। ਇਸ ਬੱਚੀ ਨੂੰ 8 ਹਫ਼ਤੇ ਮੈਡੀਕਲ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਗਿਆ। ਇਸ ਨੂੰ ਕੁਦਰਤੀ ਚਮਤਕਾਰ ਕਹੀਏ ਜਾਂ ਹੋਰ ਕੁਝ, ਮੈਸੀ ਅੱਜ ਬਿਲਕੁਲ ਠੀਕ ਠਾਕ ਅਤੇ ਸਹੀ ਸਲਾਮਤ ਹੈ। ਆਪਣੇ ਸਕੂਲ ਦੇ ਵਿੱਚੋਂ ਟੀਚਰਾਂ ਦੀ ਫੇਵਰੇਟ ਸਟੂਡੈਂਟ ਵੀ ਹੈ। ਪਲਾਸਟਿਕ ਸਰਜਰੀ ਨੂੰ ਕੌਣ ਨਹੀਂ ਜਾਣਦਾ, ਇਸ ਦਾ ਯੂਜ਼ ਕਰਕੇ ਅੱਜ ਕੱਲ੍ਹ ਦੇ ਸੈਲੀਬ੍ਰਿਟੀ ਆਪਣੇ ਆਪ ਨੂੰ ਹੋਰ ਜ਼ਿਆਦਾ ਖੂਬਸੂਰਤ ਦਿਖਾਉਂਦੇ ਨੇ। ਆਓ ਹੁਣ ਜਾਣਦੇ ਹਾਂ ਪਲਾਸਟਿਕ ਸਰਜਰੀ ਦੇ ਵਿੱਚ ਕੀ ਹੁੰਦਾ ਹੈ। ਆਪਾਂ ਸਾਰਿਆਂ ਨੂੰ ਲੱਗਦਾ ਹੋਵੇਗਾ ਕਿ ਪਲਾਸਟਿਕ ਸਰਜਰੀ ਦਾ ਮਤਲਬ ਪਲਾਸਟਿਕ ਦੇ ਨਾਲ ਕੀਤੀ ਜਾਣ ਵਾਲੀ ਸਰਜਰੀ ਹੈ, ਪਰ ਇੱਥੇ ਪਲਾਸਟਿਕ ਦਾ ਮਤਲਬ ਰੀਸ਼ੇਪਿੰਗ ਹੈ, ਜਿਹੜਾ ਕਿ ਇੱਕ ਗ੍ਰੀਕ ਸ਼ਬਦ ਪਲਾਸਟਿਕ ਤੋਂ ਲਿਆ ਗਿਆ ਹੈ। ਇਸ ਸਰਜਰੀ ਦੇ ਵਿੱਚ ਸਰੀਰ ਦੇ ਦੂਜੇ ਥਾਵਾਂ ਤੋਂ ਸਕਿਨ ਲੈ ਕੇ ਉਸ ਥਾਂ ਤੇ ਲਗਾਈ ਜਾਂਦੀ ਹੈ ਜਿੱਥੋਂ ਸਰਜਰੀ ਕਰਨੀ ਹੋਵੇ। ਇਸ ਦੀ ਸ਼ੁਰੂਆਤ ਵਰਲਡ ਵਾਰ 2 ਦੇ ਵਿੱਚ ਕੀਤੀ ਗਈ ਸੀ, ਪਰ ਅੱਜ ਕੱਲ ਦੀਆਂ ਮਾਡਰਨ ਪਲਾਸਟਿਕ ਸਰਜਰੀਆਂ ਦੇ ਵਿੱਚ ਕੁਝ ਖਾਸ ਤਰ੍ਹਾਂ ਦੇ ਇੰਜੈਕਸ਼ਨ ਵੀ ਲਗਾਏ ਜਾਂਦੇ ਹਨ ਜਿਸ ਦੇ ਨਾਲ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਕੱਟਿਆ ਨਹੀਂ ਜਾਂਦਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਫੇਮਸ ਪੌਪ ਸਟਾਰ ਮਾਈਕਲ ਜੈਕਸਨ ਨੇ 2 ਵਾਰ ਆਪਣੇ ਨੱਕ ਦੀ ਸਰਜਰੀ ਕਰਵਾਈ ਸੀ। ਇਹੀ ਨਹੀਂ, ਅੰਜਲੀਨਾ ਜੋਲੀ ਅਤੇ ਪ੍ਰਿਯੰਕਾ ਚੋਪੜਾ ਨੇ ਵੀ ਆਪਣੀਆਂ ਪਲਾਸਟਿਕ ਸਰਜਰੀਆਂ ਕਰਵਾਈਆਂ ਨੇ। ਤੁਸੀਂ ਇਹ ਚੀਜ਼ ਹਮੇਸ਼ਾ ਨੋਟਿਸ ਕੀਤੀ ਹੋਣੀ ਹੈ ਕਿ ਜਦੋਂ ਵੀ ਆਪਾਂ ਇੰਜੈਕਸ਼ਨ ਲਵਾਉਣ ਦੇ ਲਈ ਡਾਕਟਰ ਦੇ ਕੋਲ ਜਾਂਦੇ ਹਾਂ ਤਾਂ ਉਹ ਇੰਜੈਕਸ਼ਨ ਸਾਡੀ ਬਾਹ ਜਾਂ ਸਾਡੀ ਕਮਰ ਦੇ ਵਿੱਚ ਲਗਾਉਂਦੇ ਨੇ, ਪਰ ਅਜਿਹਾ ਕਿਉਂ ਹੁੰਦਾ ਹੈ ਕਿ ਬਾਹ ਅਤੇ ਕਮਰ ਦੇ ਵਿੱਚ ਇੰਜੈਕਸ਼ਨ ਲਗਾਉਣ ਦੇ ਵਿੱਚ ਵੀ ਫਰਕ ਹੁੰਦਾ ਹੈ? ਅਸਲ ਦੇ ਵਿੱਚ ਜਿਹੜਾ ਇੰਜੈਕਸ਼ਨ ਸਾਡੀ ਬਾਹ ਦੇ ਵਿੱਚ ਦਿੱਤਾ ਜਾਂਦਾ ਹੈ ਉਹ ਪਤਲਾ ਹੁੰਦਾ ਹੈ ਤੇ ਆਸਾਨੀ ਦੇ ਨਾਲ ਸਾਡੇ ਖੂਨ ਦੇ ਵਿੱਚ ਘੁਲ ਜਾਂਦਾ ਹੈ। ਜਿਹੜਾ ਇੰਜੈਕਸ਼ਨ ਸਾਡੀ ਕਮਰ ਦੇ ਵਿੱਚ ਲੱਗਦਾ ਹੈ ਉਹ ਗਾੜਾ ਹੁੰਦਾ ਹੈ ਤੇ ਉਸ ਨੂੰ ਸਾਡੇ ਖੂਨ ਦੇ ਵਿੱਚ ਘੁਲਣ ਦੇ ਲਈ ਟਾਈਮ ਲੱਗਦਾ ਹੈ। ਇਹੀ ਕਾਰਨ ਹੈ ਕਿ ਬਾਹ ਉੱਪਰ ਲੱਗਣ ਵਾਲੇ ਇੰਜੈਕਸ਼ਨ ਦੇ ਨਾਲ ਘੱਟ ਦਰਦ ਹੁੰਦਾ ਹੈ ਤੇ ਕਮਰ ਦੇ ਉੱਪਰ ਲੱਗਣ ਵਾਲੇ ਇੰਜੈਕਸ਼ਨ ਦੇ ਨਾਲ ਜ਼ਿਆਦਾ ਦਰਦ ਹੁੰਦਾ ਹੈ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੌਚਕ ਤੱਤ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋਟ TV ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋਟ TV ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।